ਇਹ ਵੀ ਪਿਆ ਦਾ ਹੀ ਇਹ ਪੰਜਾਹ ਦਾ ਤੇ ਕਾਹ ਚੀਜ਼ ਸਾਨੂੰ ਬਹੁਤ ਵਧੀਆ ਮਿਲ ਗਈ ਇੱਥੋਂ ਆਹ ਦੇਖ ਲੈ ਕਿਵੇਂ ਪਈਆਂ ਆਂ ਆ ਕੀ ਹੋ ਜਾਂਦਾ ਅੱਜ ਬਰਫ਼ ਪਈ ਜਾਂਦੀ ਆ ਬਰਫ਼ ਪਈ ਜਾਂਦੀ ਆ ਗਲੀਨ ਬਰਫ਼ ਪੈ ਗਈ ਪੁੱਤ ਦੇਖ ਲਓ ਜੀ ਮਈ ਮਹੀਨੇ ਦੇ ਵਿੱਚ ਹੁਣ ਇੱਥੇ ਬਰਫ਼ਾਂ ਪੈਂਦੀਆਂ ਇਦਾਂ ਕਰਦਾ ਰੱਬ ਇੱਥੇ ਕੋਈ ਗਰਮੀ ਨਹੀਂ ਹੈਗੀ ਇੱਥੇ ਨਹੀਂ ਮਈ ਜੂਨ ਦੇ ਵਿੱਚ ਬੰਦੇ ਤਪਦੇ ਹੁੰਦੇ ਆ ਇੱਥੇ ਬਰਫ਼ਾਂ ਪੈ ਰਹੀਆਂ ਨੇ ਚਲੋ ਆਓ ਚੱਲੀਏ ਅਤੇ ਅਸੀਂ ਚੱਲਿਆ ਮਾੜਾ ਜਿਹਾ ਘੁੰਮਣ ਹੁਣ ਬਰਫ਼ ਦੇ ਵਿੱਚ ਪਤਾ ਨਹੀਂ ਕੀ ਕਹੀ ਜਾਂਦੀ ਆ ਚਲੋ ਆ ਜਾਓ ਅੱਜ ਨਰਸਰੀ ਦੇ ਟੂਰ 'ਤੇ ਚੱਲੀਏ ਗੁੱਲੀ ਨਾ ਹਾਂਜੀ ਅੱਜ ਹੋ ਗਿਆ ਮੌਸਮ ਖਰਾਬ ਅਤੇ ਬਰਫ਼ ਡਿੱਗਣ ਲੱਗ ਗਈ ਆ ਅਸੀਂ ਸੋਚਿਆ ਵੀ ਚਲੋ ਨਰਸਰੀ 'ਤੇ ਚੱਲ ਕੇ ਆਈਏ ਥੋੜ੍ਹੇ ਫੁੱਲ ਬੂਟੇ ਜਿਹੇ ਦੇਖਣੇ ਸੀਗੇ ਅਸੀਂ ਲਾਉਣੇ ਸੀਗੇ ਅਤੇ ਪਰ ਜਾਣਾ ਵੀ ਜ਼ਰੂਰੀ ਸੀ ਕਿਉਂਕਿ ਅੱਜ ਟਾਈਮ ਕੱਢਿਆ ਸੀਗਾ ਅਤੇ ਬਰਫ਼ ਪੈਣ ਲੱਗ ਗਈ ਆ ਪਰ ਆਪਾਂ ਚੱਲਦੇ ਹਾਂ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਉੱਥੇ ਨਰਸਰੀ 'ਚ ਓਪਨ ਆ ਜਾਂ ਕਲੋਜ਼ਡ ਆ ਬਾਕੀ ਫਿਰ ਦੇਖਾਂਗੇ ਉੱਥੇ ਕੀ ਪਸੰਦ ਆਉਂਦਾ ਫਿਰ ਆਪਾਂ ਲਵਾਂਗੇ ਫੁੱਲ ਬੂਟੇ ਆ ਜਾਓ ਜੀ ਫਿਰ ਚੱਲਦੇ ਹਾਂ ਚੱਲੀਏ ਕਲੀਨ ਘੁੰਮੀਏ ਚਲੋ ਚਲੋ ਕਰੀਏ ਸੈਰ ਸ਼ੁਰੂ ਫਿਰ ਅੱਜ ਦੀ ਇੱਧਰ ਆ ਜਾ ਪੁੱਤ ਇੱਥੇ ਕਿੱਥੇ ਫਸ ਗਈ ਤੂੰ ਰੇੜੀਆਂ ਆਈਆਂ 'ਚ ਆ ਗਈ ਜੀ ਨਰਸਰੀ ਹੈਗੀ ਤਾਂ ਛੋਟੀ ਜਿਹੀ ਨਰਸਰੀ ਆ ਜ਼ਿਆਦਾ ਵੱਡੀ ਨਹੀਂ ਹੈਗੀ ਦੇਖਦੇ ਅੰਦਰ ਬੂਟੇ ਕਿਹੋ ਜਿਹੇ ਇੱਥੇ ਆਹ ਬੜਾ ਸੋਹਣਾ ਲਾਇਆ ਲਪੇਟਾ ਆ ਚੱਲ ਆ ਚੱਲੀ ਪੁੱਤ ਅੰਦਰ ਬਰਫ਼ ਖਾਣ ਲੱਗ ਗਈ ਕਲੀਨ ਚਲੋ ਇਹਨੂੰ ਆਪਦੀ ਲੱਗ ਗਈ ਕਹਿੰਦੇ ਮੈਂ ਬਰਫ਼ ਖਾਣੀ ਆ ਚੱਕ ਚੱਕ ਕੇ ਆ ਚੱਲੀਏ ਅੰਦਰ ਕਲੀਨ ਅੰਦਰ ਆਇਆ ਪੁੱਤ ਚੱਲੀਏ ਆ ਦੇਖ ਲੈ ਕਿਵੇਂ ਪਈਆਂ ਗੁਲਾਬ ਦਾ ਬੂਟਾ ਇਹ 400 ਕਰੋਨੇ ਦਾ ਹਾਂਜੀ ਅਤੇ ਅਸੀਂ ਸ਼ੋਪਿੰਗ ਕਰ ਲਿਆਂਦੀ ਆ ਨਰਸਰੀ 'ਚੋਂ ਅਤੇ ਆਹ ਬੂਟੇ ਲੈ ਕੇ ਆਉਂਦੇ ਅਸੀਂ ਅਤੇ ਦੇਖਦੇ ਹਾਂ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਵੀ ਕੀ ਆ ਇਹ ਕਿੰਨੇ ਕਿੰਨੇ 'ਚ ਪਏ ਸਾਨੂੰ ਆਹ ਕਿਹੜਾ ਬੂਟਾ ਬਲੀਰ ਈਡਲ ਟੋਪ ਪਤਾ ਨਹੀਂ ਕਿਹੜਾ ਹੈ 40 40 ਰੁਪਏ ਦਾ ਇੱਥੇ ਲਗਭਗ ਪਿਆ ਆਪਾਂ ਨੂੰ 50 ਕਰੋਨ ਦਾ 50 ਦਾ ਆਹੋ ਇਹ 50 ਕਰੋਨੇ ਦਾ ਜੀ ਆਹ ਵਾਲਾ ਇਹ ਵੀ 50 ਦਾ ਇਹ 50 ਦਾ ਅਤੇ ਕਾਹ ਚੀਜ਼ ਸਾਨੂੰ ਬਹੁਤ ਵਧੀਆ ਮਿਲ ਗਈ ਇੱਥੋਂ ਜੀ
ਇਹ ਸਾਨੂੰ ਪੁਦੀਨਾ ਮਿਲ ਗਿਆ ਜੀ ਆਪਣਾ ਇਹ 17 ਕਰੋਨਾ ਦਾ ਪੁਦੀਨਾ ਮਿਲ ਗਿਆ ਇਹਨੂੰ ਕਿਸੇ ਖੁੱਲ੍ਹੇ ਭਾਂਡੇ 'ਚ ਲਾ ਲਵਾਂਗੇ ਅਤੇ ਇਹਨੇ ਫਿਰ ਵਧੀ ਜਾਣਾ ਜੜ੍ਹਾਂ ਤੋਂ ਅਤੇ ਆਪਾਂ ਨੂੰ ਫਿਰ ਦੁਬਾਰੇ ਦੁਬਾਰੇ ਖਰੀਦਣ ਦੀ ਲੋੜ ਨਹੀਂ ਕਿਉਂਕਿ ਇੱਥੋਂ ਜੇ ਲੈ ਕੇ ਆਉਣਾ ਤਾਂ ਆਪਾਂ ਨੂੰ 20 ਰੁਪਏ ਦੀ ਇੱਕ ਗੁੱਛੀ ਦਿੰਦੇ ਆ ਨਾ ਛੋਟੀ ਜਿਹੀ ਗੁੱਛੀ ਹੁੰਦੀ ਆ ਉਹ ਜੇ ਨਹੀਂ ਆਪਣੇ ਘਰੇ ਹੋਜੂਗਾ ਘਰ ਦੀ ਚੀਜ਼ ਹੋਜੂ ਜੇ ਹੋ ਗਿਆ ਆਪਣੇ ਘਰੇ ਹੈ ਨਾ ਅਤੇ ਆਹ ਬੂਟਾ ਕਿਹੜਾ ਗਾ ਇਹ ਕਿੰਨੇ ਦਾ ਸੀ ਇਹ 100 ਰੁਪਏ ਦਾ ਸੀਗਾ ਜੀ ਇਹਨੂੰ ਪਤਾ ਨਹੀਂ ਕੀ ਕਹਿੰਦੇ ਹੈਗੇ ਆਹੋ 110 ਰੁਪਏ ਦਾ ਅਤੇ ਆਹ ਵਾਲਾ ਚੱਲ ਕੁਛ ਵੀ ਕਹਿੰਦੇ ਆਪਾਂ ਨੂੰ ਇੰਨਾ ਦੇਖਣਾ ਆਹ ਕਿਹੜਾ 9 ਦਾ ਤਾਂ ਹੁਣ ਪਤਾ ਨਹੀਂ ਇਹ ਲਿਖਿਆ ਹੋਇਆ 70 ਰੁਪਈਆਂ ਦਾ ਜੀ ਲਾਲ ਹਾਂ ਹਰਾ ਲਾਲ ਜਿਹਾ ਤੇ ਆਹ ਲਿਆਂਦੇ ਆ ਪਿਆਜ਼ ਜੀ ਆਹ ਹੈਗੇ ਹਰੇ ਪਿਆਜ਼ ਜੀ ਆਹੋ 70 ਦਾ ਵਾਲਾ ਤਾਂ 70 ਦਾ ਆਹ ਹਰੇ ਪਿਆਜ਼ ਹੈ ਜੀ ਇਹ ਵੀ ਭੂੰਕਾਂ ਜਿਵੇਂ ਆਪਾਂ ਇਹਨੂੰ ਕਿਸੇ ਫੂਡ ਵਿੱਚ ਆਪਦੇ ਕੱਟ ਕੇ ਪਾ ਸਕਦੇ ਹਾਂ ਜੀ ਬਹੁਤ ਵਧੀਆ ਟੇਸਟ ਆਉਂਦਾ ਫਿਰ ਇਹਨਾਂ ਦਾ ਤਾਜ਼ੇ ਕੀ ਹੁੰਦੇ ਆ ਪਿਆਜ਼ ਤਾਜ਼ੇ ਪਿਆਜ਼ ਇਹਦਾ ਰੇਟ ਪਤਾ ਨਹੀਂ ਕੀ ਆਹ ਦੇ ਲੱਗੇ ਨੇ ਆਹ ਦੇ ਨਹੀਂ ਇੱਧਰ ਹੀ ਹੋਣਾ ਲਿਸਟ 'ਚ ਦੇਖ ਲਾ ਕੀ ਆ ਅਤੇ ਕਾਹ ਸੀ ਆਹ ਕੀ ਕਹਿੰਦੇ ਬਲਵੀਰ ਤੁਸੀਂ ਕੁੱਕੜ ਕਲਗੀ ਕਹਿੰਦੇ ਜੀ ਬਲਵੀਰ ਕਹਿੰਦੀ ਕੁੱਕੜ ਕਲਗੀ ਆ ਇਹਨੂੰ ਕੁੱਕੜ ਕਲਗੀ ਇਹ ਵੀ 40-50 ਦੀ ਆ 36 ਦਾ 40 ਦਾ ਉੱਥੇ ਆ ਗਿਆ 40 ਕਰੋਨੇ ਦਾ ਅਤੇ ਕਾਹ ਇਹ ਛੋਟੇ ਛੋਟੇ ਫੁੱਲਾਂ ਵਾਲਾ ਇਹ 50 ਰੁਪਏ 50 ਕਰੋਨਿਆਂ ਦਾ ਅਤੇ ਕਾਹ ਹੈਗਾ ਇਹ ਵੀ ਹੈਗਾ 55 ਕਰੋਨਿਆਂ ਦਾ ਇਹ ਵੀ ਬਹੁਤ ਸੋਹਣਾ ਗਾ ਹੈ ਨਾ ਸੋਹਣਾ ਗਾ ਅਤੇ ਆਹ ਇੱਕ ਗੇਂਦਾ ਲਿਆਂਦਾ ਜੀ ਇਹ ਕਿੰਨੇ ਦਾ ਆਇਆ ਇੱਕ ਗੇਂਦਾ ਇਹ 60 ਕਰੋਨਾ ਦਾ ਇਹ ਆ ਜੀ ਅਤੇ ਆਹ ਦੇਖ ਲਓ ਹੁਣ ਆਪਾਂ ਇੰਨੀ ਆਈਟਮਾਂ ਲਿਆਂਦੀਆਂ ਅੱਜ ਤੋਂ ਥੋੜ੍ਹਾ ਨਜ਼ਦੀਕ ਜਾ ਕੇ ਵਿਊ ਦਿਖਾਉਣਾ ਤੁਹਾਨੂੰ ਕਿੰਨੇ ਸੋਹਣੇ ਆ ਇਹ ਕੁੱਕੜ ਕਲਗੀ ਆ ਗਈ ਜੀ ਆਹ ਪਤਾ ਨਹੀਂ ਇਹ ਫੁੱਲਾਂ ਵਾਲਾ ਬੂਟਾ ਜਾਂ ਕੋਈ ਮਿੰਟ ਆ ਇਹ ਨਹੀਂ ਪਤਾ ਆਹ ਤਾਂ ਆਪਣਾ ਪਿਆਜ਼ ਆ ਗਿਆ ਫੁੱਲ ਲੱਗਣਗੇ ਅੱਛਾ ਅਤੇ ਆਹ ਆ ਗਿਆ ਆਹ ਤਾਂ ਬਰਫ਼ ਵਾਲਾ ਮੈਨੂੰ ਪਤਾ ਇਹ 'ਚ ਬਰਫ਼ ਬੁਰਫ਼ ਕਿੰਨੀ ਮਰਜ਼ੀ ਡਿੱਗੀ ਜਾਵੇ ਇਹਨੇ ਮਰਨਾ ਨਹੀਂ ਹੈਗਾ ਕਿਉਂਕਿ ਇਹ ਬੜਾ ਕੈੜਾ ਜਿਹਾ ਜਿਵੇਂ ਪਲਾਸਟਿਕ ਦਾ ਬੂਟਾ ਹੁੰਦਾ ਨਾ ਉਸ ਤਰ੍ਹਾਂ ਦਾ ਜੀ ਇਹ ਜਿਵੇਂ ਪਲਾਸਟਿਕ ਦਾ ਬਣਿਆ ਹੁੰਦਾ ਆਹ ਪੁਦੀਨਾ ਆ ਗਿਆ ਅਤੇ ਆਹ ਫੁੱਲਾਂ ਵਾਲੇ ਬੂਟੇ ਆ ਗਏ ਜੀ ਇਹ ਸੀਗੀ ਅੱਜ ਦੀ ਆਪਣੀ ਸ਼ੋਪਿੰਗ ਨਰਸਰੀ ਦੀ ਬਰਫ਼ ਪੈਂਦੀ ਸੀ ਪਰ ਬਾਅਦ ਦੇ ਵਿੱਚ ਹਟ ਗਈ ਬਰਫ਼ ਹੁਣ ਮੌਸਮ ਥੋੜ੍ਹਾ ਜਿਹਾ ਠੀਕ ਹੋ ਗਿਆ ਹੈਗਾ ਪਹਿਲਾਂ ਬੜੀ ਬਰਫ਼ ਪੈਂਦੀ ਜਦੋਂ ਅਸੀਂ ਗਏ ਹਾਂਗੇ ਅਤੇ ਹੁਣ ਦੇਖਦੇ ਇਹਨਾਂ ਨੂੰ ਗਮਲਿਆਂ ਦੇ ਵੱਡੇ ਗਮਲਿਆਂ ਵਿੱਚ ਮਿੱਟੀ ਪਾ ਕੇ ਇਹਨਾਂ ਨੂੰ ਕੱਢਾਂਗੇ ਜਿਹੜੇ ਬੂਟਿਆਂ ਨੇ ਜ਼ਿਆਦਾ ਵਧਣਾ ਹੈਗਾ ਬਾਕੀ ਆਹ ਜਿਹੜੀ ਸਾਡੀ ਖੋਲੀ ਜੀ ਇਹਨੂੰ ਅਸੀਂ ਸੋਚਦੇ ਹਾਂ ਇਹਨੂੰ ਥੋੜ੍ਹੀ ਜਿਹੀ ਪਹਿਲਾਂ ਮਿੱਟੀ ਪਾ ਕੇ ਇਹਨੂੰ ਭਰੀਏ ਅਤੇ ਇਹਦੇ ਵਿੱਚ ਫੁੱਲ ਬੂਟੇ ਲਾਈਏ ਫਿਰ ਕਿਉਂਕਿ ਦੂਸਰੇ ਪਾਸੇ ਤਾਂ ਵਧੀਆ ਲੱਗੇ ਹੋਏ ਆ ਉੱਧਰ ਤਾਂ ਕੋਈ ਲੋੜ ਨਹੀਂ ਆਪਾਂ ਨੂੰ ਕਰਨ ਦੀ ਆਹ ਥੋੜ੍ਹੀ ਜਿਹੀ ਸਾਡੀ ਖਾਲੀ ਪਈ ਆ ਇਹ ਸਾਰੀ ਸਾਰੀ ਖੁੱਲੀ ਖਾਲੀ ਪਈ ਆ ਅਤੇ ਇਹਨੂੰ ਦੇਖਦੇ ਹਾਂ ਕੀ ਕਰਨਾ ਅਤੇ ਕਿਆਰੀ ਚੱਲ ਕਿਆਰੀ ਲਾ ਲਓ ਕਿਆਰੀ ਖਾਲੀ ਪਈ ਆ ਸਾਡੀ ਅਤੇ ਫਿਰ ਇੱਥੇ ਦੇਖਦੇ ਹਾਂ ਹੋਰ ਚੀਜ਼ਾਂ ਲਾਵਾਂਗੇ ਅਤੇ ਸਜਾਵਾਂਗੇ ਇਹਨੂੰ ਠੀਕ ਹੈ ਜੀ ਚਲੋ ਆਪਾਂ ਮਿਲਾਂਗੇ ਫਿਰ ਅਗਲੀ ਵੀਡੀਓ ਵਿੱਚ ਤਾਂ ਤਕਲੀਫ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ